ਸਾਰੇ ਭੈਣ ਭਰਾਵਾਂ ਨੂੰ ਸਲਾਮ ਅੱਜ ਦੀ ਵੀਡੀਓ ਵੀ ਲਾਹੌਰ ਦੇ ਬਾਰੇ ਚ ਹੈ ਤੇ ਅੱਜ ਫੇਰ ਅਸੀਂ ਲਾਹੌਰ ਦੇ ਇਲਾਕੇ ਸ਼ਦਾਰਾ ਚ ਮੌਜੂਦ ਆ ਅੱਜ ਦਾ ਘੇੜਾ ਮਕਬਰਾ ਨੂਰਜਹਾਂ ਦਾ ਹੈ ਤੇ ਨੂਰਜਹਾਂ ਦਾ ਮਕਬਰਾ ਹੈ ਤੇ ਜਹਾਂਗੀਰ ਦੇ ਮਕਬਰੇ ਦੇ ਨੇੜੇ ਹੀ ਲੇਕਿਨ ਹੁਣ ਦਰਮਿਆਨ ਵਿੱਚ ਉਹ ਰੇਲਵੇ ਲਾਈਨ ਲੰਘ ਕੇ ਤੇ ਦੂਸਰੀ ਸਾਈਡ ਤੇ ਹੋ ਗਿਆ ਤੇ ਅਸੀਂ ਮਕਬਰੇ ਦੇ ਆਹਤੇ ਚ ਪਹੁੰਚ ਗਏ ਆ ਤੇ ਆਓ ਚੱਲਦੇ ਆ ਆਪਾਂ ਮਕਬਰੇ ਦੇ ਲਾਗੇ ਤੇ ਤੁਹਾਨੂੰ ਵਿਖਾਣਾ ਹੈ ਦੋਵਾਂ ਪਾਸੇ ਬੜਾ ਵੱਡਾ ਬਾਗ ਹੈ ਦਰਖਤ ਲੱਗੇ ਨੇ ਇਥੇ ਹੈਰੀਟੇਜ ਸਾਈਟ ਵਾਲਿਆਂ ਦਾ ਦਫ਼ਤਰ ਵੀ ਹੈ ਤੇ ਉਹ ਇੱਥੇ ਕਾਫੀ ਕੰਮ ਕਰਦੇ ਪਏ ਨੇ ਕੰਸਟਰਕਸ਼ਨ ਵੀ ਜਾਰੀ ਹੈ ਤੇ ਨਾਲ ਹੀ ਇੱਕ ਜਿਹੜਾ ਉਹ ਗ੍ਰੈਂਡ ਸਟੇਸ਼ਨ ਵੀ ਹੈ ਅਕਬਰੇ ਦੇ ਵਿੱਚ ਮਲਕਾ ਨੂਰ ਜਹਾਂ ਦੇ ਬਾਰੇ ਤੇ ਮਕਬਰੇ ਦੀ ਤਾਮੀਰ ਦੇ ਬਾਰੇ ਵਿੱਚ ਆਰਕੀਓਲੋਜੀ ਡਿਪਾਰਟਮੈਂਟ ਦਾ ਬੋਰਡ ਲੱਗਾ ਹੈ ਉਰਦੂ ਅੰਗਰੇਜ਼ੀ ਵਿੱਚ ਤੁਸੀਂ ਉਹਨੂੰ ਪੜ੍ਹ ਸਕਦੇ ਹੋ ਇਹ ਸਾਹਮਣੇ ਮਕਬਰਾ ਨੂਰ ਜਹਾਂ ਹੈ ਬਹੁਤ ਖੂਬਸੂਰਤ ਇਮਾਰਤ ਹੈ ਲੇਕਿਨ ਇਹਦੀ ਰੈਨੋਵੇਸ਼ਨ ਹੋ ਰਹੀ ਹੈ ਕਾਫੀ ਨੁਕਸਾਨ ਇਹਨੂੰ ਹੋ ਚੁੱਕਿਆ ਸੀ ਹੁਣ ਮਹਕਮਾ ਆਰਕੀਓਲੋਜੀ ਇਹ ਤੇ ਕਾਫੀ ਕੰਮ ਕਰ ਰਿਹਾ ਹੈ ਇਹ ਨੈਸ਼ਨਲ ਹੈਰੀਟੇਜ ਸਾਈਟ ਵੀ ਹੈ ਤੇ ਅਜੇ ਵੀ ਇਹਦੇ ਪਿਛਲੇ ਸਾਈਡ ਤੇ ਤੁਹਾਨੂੰ ਬਾਅਦ ਚ ਵਿਖਾਵਾਂਗੇ ਕਾਫੀ ਕੰਮ ਹੋ ਰਿਹਾ ਤੇ ਸਾਹਮਣੇ ਸੀੜੀਆਂ ਨੇ ਇਹ ਪੋਡੀਅਮ ਚੜ੍ਹ ਕੇ ਤੇ ਅਸੀਂ ਮਕਬਰੇ ਦੇ ਹੱਥੇ ਚ ਪਹੁੰਚਾਂਗੇ ਬੜੇ ਅੱਛੇ ਖੁੱਲੇ ਗਰਾਊਂਡ ਨੇ ਲੇਕਿਨ ਸਾਈਡਾਂ ਤੇ ਬਹੁਤ ਕਨਿਆਬਾਦੀ ਵੀ ਹੈ ਤੇ ਆਓ ਚੱਲਦੇ ਹਾਂ ਆਪਾਂ ਮਕਬਰੇ ਦੇ ਅੰਦਰ ਤੇ ਵੇਖਦੇ ਹਾਂ ਕਿ ਕੀ ਸੂਰਤ ਹੈ ਹਾਲ ਐ ਸਾਹਮਣੇ ਸੀੜੀਆਂ ਜਿਹੜੀਆਂ ਨੇ ਇਸ ਸਾਈਡ ਤੋਂ ਚੜ੍ਹ ਕੇ ਅਸੀਂ ਉੱਤੇ ਜਾਵਾਂਗੇ ਬਹੁਤ ਸਾਰੇ ਦਰਵਾਜ਼ੇ ਬਾਰਾਦਰੀ ਦੇ ਸਟਾਈਲ 'ਚ ਇਹ ਬਿਲਡਿੰਗ ਬਣੀ ਹੈ ਤੇ ਇਹ ਮੁਗਲ ਆਰਕੀਟੈਕਚਰ ਦਾ ਇੱਕ ਬੜਾ ਅੱਛਾ ਖਾਸਾ ਸੀ ਕਿ ਜ਼ਿਆਦਾ ਤੋਂ ਜ਼ਿਆਦਾ ਉਨੂੰ ਬਾਰਾਦਰੀ ਅਸ਼ਤਦਰੀ ਦੇ ਅੰਦਾਜ਼ 'ਚ ਬਿਲਡਿੰਗਸ ਬਣਾਈਆਂ ਜਾਂਦੀਆਂ ਸਨ ਜਿਨ੍ਹਾਂ 'ਚ ਰੌਸ਼ਨੀ ਤੇ ਹਵਾ ਆਂਦੀ ਰਹੇ ਐ ਸਾਹਮਣੇ ਅਸੀਂ ਜਾਵਾਂਗੇ ਇੱਥੇ ਜੁੱਤੀ ਉਤਾਰ ਕੇ ਤੇ ਅਸੀਂ ਅੱਗੇ ਜਾਵਾਂਗੇ ਕਿਉਂਕਿ ਮਜ਼ਾਰ ਹੈ ਉਹਦਾ ਤਕੱਦਸ ਰੱਖਣਾ ਚਾਹੀਦਾ ਤੇ ਤੁਸੀਂ ਵੇਖ ਰਹੇ ਹੋ ਸਾਈਡ ਤੇ ਹੈਰੀਟੇਜ ਵਾਲਿਆਂ ਦਾ ਸਮਾਨ ਪਿਆ ਆਰਕੀਓਲੋਜੀ ਸਾਈਟ ਦੇ ਵਰਕਰ ਇੱਥੇ ਕੰਮ ਕਰ ਰਹੇ ਨੇ ਉਹ ਮੇਨਟੇਨੈਂਸ ਵੀ ਕਰ ਰਹੇ ਨੇ ਇਹਦੇ ਤੇ ਕੰਮ ਇੰਜ ਦੀ ਜਗ੍ਹਾਵਾਂ ਤੇ ਕੰਮ ਬੜਾ ਸਲੋ ਹੁੰਦਾ ਕਿਉਂਕਿ ਉਹਦੇ ਮਿਆਰ ਨੂੰ ਕਾਇਮ ਰੱਖਣਾ ਪੈਂਦਾ ਤੁਸੀਂ ਉਹਨੂੰ ਅਗਰ ਕੰਪਰੋਮਾਈਜ਼ ਕਰੋਗੇ ਤੇ ਫਿਰ ਜਗ੍ਹਾ ਦੀ ਜਿਹੜੀ ਪੁਰਾਣੀ ਹਸਿਆਤ ਹੈ ਉਹ ਖਤਮ ਹੋ ਜਾਂਦੀ ਹੈ ਐਸੀ ਸਾਹਮਣੇ ਬਿਲਕੁਲ ਮਜ਼ਾਰ ਤੇ ਪਹੁੰਚ ਗਏ ਆ ਮਜ਼ਾਰ ਦੇ ਅੰਦਰ ਦੋ ਕਬਰਾਂ ਨੇ ਇੱਕ ਮਲਕਾ ਨੂਰ ਜਹਾਂ ਦੀ ਹੈ ਤੇ ਇੱਕ ਉਹਨਾਂ ਦੀ ਬੇਟੀ ਦੀ ਹੈ ਐ ਚਾਰੋਂ ਤਰਫ ਦਰਵਾਜ਼ੇ ਨੇ ਤੇ ਉਹਨਾਂ ਦਰਵਾਜ਼ਿਆਂ ਚੋਂ ਰੋਸ਼ਨੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਆਂਦੀ ਹੈ ਹਵਾਦਾਰ ਨੇ ਕਿਹਾ ਜਾਂਦਾ ਹੈ ਕਿ ਮਲਕਾ ਨੂਰ ਜਾਣੇ 81 ਕੇ ਮੇਰੇ ਮਜ਼ਾਰ ਨੂੰ ਇਸ ਤਰ੍ਹਾਂ ਦਾ ਬਣਾਇਆ ਜਾਏ ਕਿ ਉਹਦੇ ਚ ਰੋਸ਼ਨੀ ਆਵੇ ਜਿਹੜੀ オリジナル ਕਬਰ ਹੈ ਉਹ ਇਸ ਫਰਸ਼ ਦੇ ਥੱਲੇ ਹੈ ਇਹ ਬਾਹਰ ਅਸੀਂ ਨਿਕਲਿਆ ਤੇ ਇਹ ਰਸਤਾ ਥੱਲੇ ਜਾਂਦਾ ਜਿੱਥੇ ਉਹਨਾਂ ਦਾ ਅਸਲ ਜਿਹੜਾ ਮਰਕਜ਼ ਹੈ ਉਹ ਮੌਜੂਦ ਹੈ ਤੇ ਆਓ ਆਪਾਂ ਵੀ ਥੱਲੇ ਚੱਲਦੇ ਆਂ ਦੇਖਦੇ ਆਂ ਕਿ ਥੱਲੇ ਕੀ ਸੂਰਤ-ਏ-ਹਾਲ ਹੈ ਆਯੂਰੀ ਸਾਨੂੰ ਗਾਈਡ ਕਰ ਰਹੇ ਨੇ ਅੱਗੇ ਆਉਣ ਲਈ ਤੇ ਇਹ ਦਰਵਾਜ਼ੇ ਚੋਂ ਗੁਜ਼ਰ ਕੇ ਸਿਰ ਆਪਣਾ ਬਚਾਉਣਾ ਜੀ ਤੇ ਥੱਲੇ ਜਾਵਾਂਗੇ ਇਹ ਸਦੀਆਂ ਦਾ ਅਸਰ ਇਸ ਬਿਲਡਿੰਗ ਤੇ ਹੋਇਆ ਲੇਕਿਨ ਫਿਰ ਵੀ ਅਜੇ ਤੱਕ ਕਾਇਮ-ਉਦਾਇਮ ਹੈ ਤੇ ਉਮੀਦ ਹੈ ਕਿ ਕਈ ਸਦੀਆਂ ਤੱਕ ਮਜ਼ੀਦ ਵੀ ਕਾਇਮ ਰਹੇਗੀ ਤੇ ਐਸੀ ਕਾਫੀ ਹਨੇਰਾ ਹੈ ਕਾਫੀ ਠੰਡਾ ਹੈ ਲੇਕਿਨ ਅਸੀਂ ਅੰਦਰ ਜਾ ਰਹੇ ਹਾਂ ਤੇ ਇਸ ਦਰਵਾਜ਼ੇ ਛੋਟਾ ਜਿਹਾ ਦਰਵਾਜ਼ਾ ਅੱਗੇ ये जो गुजर मोबाइल की लाइट रोशनी ज़रा घट्ट है लेकिन उम्मीद है कि नज़र तो ही कुछ आ रहा होएगा तो इस सामने जो छोटा दरवाज़ा इन करॉस करके तो असी जरा बिल्कुल मकाम है कबरदा उत्थे पहुँच गए हैं तो इस जगह से यह दो कबर अंदर इस दरवाज़े तो गुज़र के मौजूद सन ਇਹਦੇ ਵੀ ਚਾਰੋਂ ਤਰਫ ਰੋਜ਼ਨ ਰੱਖੇ ਗਏ ਨੇ ਰੋਜ਼ਨ ਉਹਨਾਂ ਰੋਸ਼ਨਦਾਨਾਂ ਨੂੰ ਕਹਿੰਦੇ ਨੇ ਜਿਹੜੇ ਦੀਵਾਰ 'ਚ ਕਾਫੀ ਉੱਤੇ ਕਰਕੇ ਹੁੰਦੇ ਨੇ ਜੇ ਰੋਸ਼ਨੀ ਦੇ ਲਈ ਮਕਸਦ ਹੁੰਦਾ ਉਹਨਾਂ ਦਾ ਹਵਾਲੇ ਤੇ ਉਹ ਇਸ ਤਰ੍ਹਾਂ ਨੇ ਕਿ ਮਸ਼ਰਕ ਤੋਂ ਜਦੋਂ ਸੂਰਜ ਨਿਕਲੇ ਤੇ ਉਦੋਂ ਵੀ ਰੋਸ਼ਨੀ ਅੰਦਰ ਆਵੇ ਤੇ ਜਦੋਂ ਮਗਰਬ ਤੋਂ ਡੁੱਬਣ ਲੱਗੇ ਤੇ ਉਦੋਂ ਵੀ ਰੋਸ਼ਨੀ ਅੰਦਰ ਆਵੇ ਤੇ ਇਸ ਜਗ੍ਹਾ ਤੇ ਉਹ ਕਬਰਾਂ ਸਨ ਕਿਹਾ ਜਾਂਦਾ ਹੈ ਕਿ ਉਹ ਤਾਬੂਤ ਜਿਹੜੇ ਸਨ ਉਹ ਹਵਾ 'ਚ ਮੁੱਲਕ ਸਨ ਜ਼ੰਜੀਰਾਂ ਦੇ ਨਾਲ ਤੇ ਸੋਨੇ ਨਾਲ ਮੜੇ ਹੋਏ ਸਨ ਬਾਅਦ 'ਚ ਉਹ ਸੋਨਾ ਬਾਦ ਦੀਆਂ ਹਕੂਮਤਾਂ ਨੇ ਉਥੋਂ ਹਟਵਾਇਆ ਤੇ ਇਸ ਲਈ ਉਹ ਤਾਬੂ ਉਥੇ ਨਾ ਰਹੇ ਤੇ ਉਹਨਾਂ ਨੂੰ ਜ਼ਮੀਨ ਦੇ ਵਿੱਚ ਦਫ਼ਨ ਕਰਤਾ ਗਿਆ ਲੇਕਿਨ ਉੱਤੇ ਜਿਹੜੇ ਤਾਵੀਜ਼ ਮੌਜੂਦ ਨੇ ਅਸਲ ਹਾਤੇ ਦੇ ਵਿੱਚ ਉਹ ਅਜੇ ਤੱਕ ਕਾਇਮ ਹਦਾਇਮ ਨੇ ਇਸ ਜਿਹੜਾ ਅੰਦਰੂਨੀ ਕਬਰ ਦਾ ਕਮਰਾ ਇਹਦੀ ਵੀ ਹਾਲਤ ਕੋਈ ਢੀ ਅੱਛੀ ਨਹੀਂ ਹੈ ਲੇਕਿਨ ਅਸੀਂ ਵੇਖ ਰਹੇ ਹਾਂ ਕਿ ਆਰਕੀਓਲੋਜੀ ਡਿਪਾਰਟਮੈਂਟ ਦੇ ਲੋਕਾਂ ਨੇ ਇਹ ਸ਼ਟਰਿੰਗ ਕੀਤੀ ਹੋਈ ਹੈ ਜਿਹੜਾ ਗੋਲਗਾਈ ਹੋਈਏ ਕੰਮ ਕਰ ਰਹੇ ਨੇ ਇਥੇ ਤੇ ਬੜੇ ਅੱਛੀ ਸ਼ਕਲ ਇਸ ਬਿਲਡਿੰਗ ਦੀ ਨਿਕਲਦੀ ਆ ਰਹੀ ਏ ਉਮੀਦ ਕਰੇ ਕਿ ਜਲਦੀ ਇਹ ਕੰਮ ਮੁਕੰਮਲ ਹੋ ਜਾਏ ਤੇ ਅਸੀਂ ਫੇਰ ਦੁਬਾਰਾ ਇਥੇ ਵਿਜ਼ਿਟ ਕਰਾਂਗੇ ਤੇ ਵੇਖਾਂਗੇ ਕਿ ਇਹਦੀ ਫਾਈਨਲ ਸ਼ਕਲ ਜਿਹੜੀ ਉਹ ਕੀ ਨਿਕਲੀ ਲੇਕਿਨ ਚਾਰੋਂ ਤਰਫ ਬਹੁਤ ਅੱਛੇ ਦਰਵਾਜ਼ੇ ਬਹੁਤ ਅੱਛਾ ਅੰਦਾਜ਼ ਉਹਦਾ ਤੇ ਇੱਕ ਮੁਗਲ ਆਰਕੀਟੈਕਚਰ ਦਾ ਬੜਾ ਅੱਛਾ ਨਮੂਨਾ ਹੈ ਬਿਲਡਿੰਗ ਹੈ ਜਹਾਂਗੀਰ ਬਾਦਸ਼ਾਹ ਨੇ ਉਸ਼ੈਨ ਸ਼ਾਹ ਸੀ ਪੂਰੇ ਹਿੰਦੁਸਤਾਨ ਦਾ ਹਿੰਦੁਸਤਾਨ ਤੇ ਰਾਜ ਕੀਤਾ ਉਹਦੇ ذریعے ਮਲਕਾ ਨੇ ਹਿੰਦੁਸਤਾਨ ਤੇ ਰਾਜ ਕੀਤਾ ਤੇ ਇਹ ਉਹਨਾਂ ਦਾ ਆਖਰੀ ਆਰਾਮਗਾਹ ਜਿਹੜੀ ਅਸੀਂ ਵੇਖ ਰਹੇ ਆਂ ਤੇ ਹੁਣ ਇੱਥੋਂ ਚੱਲਨੇ ਆਂ ਤੇ ਆਂਦਾ ਕਿਸੇ ਹੋਰ ਜਗ੍ਹਾ ਦੇ ਵਿਜ਼ਿਟ ਨਾਲ ਜਾਂ ਕਿਸੇ ਹੋਰ ਮਸਜੂਦੇ ਉੱਤੇ ਤੁਹਾਡਾ ਨਾਲ ਫੇਰ ਗੱਲਬਾਤ ਹੋਏਗੀ ਤੇ ਆਪਾਂ ਇਹ ਸੱਤੇ ਚੋਂ ਨਿਕਲ ਰਹੇ ਆਂ ਕਾਫੀ ਲੋਕ ਇੱਥੇ ਸਨ ਜਿਹੜੇ ਵਿਜ਼ਿਟ ਕਰ ਰਹੇ ਸਨ ਤੇ ਟਾਈਮ ਵੀ ਖਤਮ ਹੋ ਰਿਹਾ ਸੀ ਵਿਜ਼ਿਟ ਦਾ ਤੇ ਇਸ ਦੇ ਲੋਕ ਇੱਥੋਂ ਜਾ ਰਹੇ ਨੇ ਤੇ ਦੋਵਾਂ ਪਾਸੇ ਬਾਗ ਚ ਬੜੇ ਪੁਰਾਣੇ ਦਰਖਤ ਵੀ ਨੇ ਨਵੇਂ ਵੀ ਸ਼ਜਰਕਾਰੀ ਹੋ ਰਹੀ ਹੈ ਇਹ ਹਕੂਮਤ ਦਾ ਵੀ ਬੜਾ ਅੱਛਾ ਇਨੀਸ਼ੀਏਟਿਵ ਹੈ ਕਿ ਦਰਖਤ ਕਾਫੀ ਲਗਾਏ ਨੇ ਤੇ ਇਹ ਵਾਪਸੀ ਦੇ ਸਫ਼ਰ ਤੇ ਅਸੀਂ ਹੁਣ ਲਾਹੌਰ ਆਲ ਨੂੰ ਰੁਕ ਕੀਤਾ ਤੇ ਰਾਵੀ ਦੇ ਪੁਲ ਤੇ ਪਹੁੰਚ ਗਏ ਆ ਰਾਵੀ ਦੇ ਪੁਲ ਤੇ ਆ ਕੇ ਮੈਨੂੰ ਇੱਕ ਗਾਣੇ ਦੀਆਂ ਕੁਛ ਸਤਰਾਂ ਯਾਦ ਆ ਰਹੀਆਂ ਨੇ ਜਿਹੜਾ ਕਿ ਸਜਾਦ ਅਲੀ ਹੋਰਾਂ ਨੇ ਗਾਇਆ ਕਿ ਜੇ ਇਥੋਂ ਕਦੀ ਰਾਵੀ ਲੰਘ ਜਾਵੇ ਹਯਾਤੀ ਪੰਜਾਬੀ ਬਣ ਜਾਵੇ ਰਾਵੀ ਦਾ ਇਹਨਾਂ ਪੰਜਾ ਦਰਿਆਵਾਂ ਦੇ ਵਿੱਚ ਬੜਾ ਅਹਿਮ ਮਕਾਮ ਹੈ ਰਾਵੀ ਦੀਆਂ ਬਹੁਤ ਕਹਾਣੀਆਂ ਨੇ ਰਾਵੀ ਬਾਦਸ਼ਾਹਾਂ ਦੀ ਗੁਜ਼ਰਗਾਹ ਰਿਹਾ ਰਾਵੀ ਆਸ਼ਿਕਾਂ ਦੀ ਗੁਜ਼ਰਗਾਹ ਰਿਹਾ ਤੇ ਇਹ ਰਾਵੀ ਦਾ ਪੁਰਾਣਾ ਪੁਲ ਜਿਹੜਾ ਸ਼ਦਰਾ ਨੂੰ ਜੋੜਦਾ ਹੈ ਲਾਹੌਰ ਦੇ ਨਾਲ ਲੇਕਿਨ ਹੁਣ ਤੇ ਬਹੁਤ ਸਾਰੇ ਪੁਲ ਸਾਈਡਾਂ ਤੇ ਬਣ ਚੁੱਕੇ ਨੇ ਮੋਟਰਵੇ ਦਾ ਪੁਲ ਬਣ ਚੁੱਕਿਆ ਹੈ ਐਕਸਪ੍ਰੈਸਵੇ ਦਾ ਪੁਲ ਬਣ ਚੁੱਕਿਆ ਹੈ ਲੇਕਿਨ ਹਰ ਪੁਲ ਤੇ ਇੱਕੋ ਜਿਹਾ ਹੀ ਰਾਸ ਹੈ ਤੇ ਇੱਥੋਂ ਗੁਜ਼ਰਦੇ ਹੋਏ ਤੁਸੀਂ ਵੇਖ ਸਕਦੇ ਹੋ ਕਿ ਦਰਿਆ 'ਚ ਪਾਣੀ ਕਾਫੀ ਘਟੇ ਹੈ ਕਿਉਂਕਿ ਇਹ ਦਰਿਆ ਵੀ ਹਿੰਦੁਸਤਾਨ ਵਾਲੀ ਸਾਈਡ ਤੋਂ ਪਾਕਿਸਤਾਨ ਜਾਂਦਾ ਹੈ ਤੇ ਇਹਦੇ ਤੇ ਹਿੰਦੁਸਤਾਨ ਵਾਲੀ ਸਾਈਡ ਤੇ ਜ਼ਿਆਦਾ ਪਰਾਜ ਤੇ ਡੈਮ ਬਣਾ ਲਏ ਗਏ ਨੇ ਤੇ ਏਕ ਮੌਇਦੇ ਦੇ ਤਹਿਤ ਹੋਇਆ ਸੀ ਜਿਹੜਾ 1960 ਚ ਹੋਇਆ ਸੀ ਇਸ ਵਿੱਚ ਪਾਣੀ ਕਾਫੀ ਘੱਟ ਹੁੰਦਾ ਜਦੋਂ ਬਰਸਾਤ ਹੁੰਦੀ ਉਹਦਾ ਪਾਣੀ ਆਂਦਾ ਜਾਂ ਸਲਾਬੀ ਸੂਰਤ ਇਹ ਹਾਲ ਬਣ ਜਾ ਤੇ ਪਾਣੀ ਨੂੰ ਛੱਡਣਾ ਪੈਂਦਾ ਜਾਂ ਰابطਾ ਨਹਿਰਾਂ ਦੇ ਜ਼ਰੀਏ ਅੱਗੇ ਜਾ ਕੇ ਇਹਦੇ ਵਿੱਚ ਪਾਣੀ ਪਾਇਆ ਵੀ ਜਾਂਦਾ ਲੇਕਿਨ ਲਾਹੌਰ ਦੀ ਮੇਨ ਸਪਲਾਈ ਲਾਈਨ ਜਿੱਦੋਂ ਲਾਹੌਰ ਆਬਾਦ ਹੋਇਆ ਸੀ ਇਹੋ ਦਰਿਆ ਸੀ ਤੇ ਸ਼ਦਰਾ ਦਰਿਆ ਦੇ ਦੂਸਰੇ ਪਾਸੇ ਇਸ ਲਈ ਸ਼ਦਰੇ ਤੋਂ ਲਾਹੌਰ ਜਾਣ ਲਈ ਲੋਕ ਰੋਜ਼ਾਨਾ ਇਸ ਦਰਿਆ ਨੂੰ ਕਰਾਸ ਕਰਕੇ ਲਾਹੌਰ 'ਚ ਦਾਖਲ ਹੁੰਦੇ ਹਨ ਤੇ ਅਸੀਂ ਵੀ ਹੁਣ ਵਾਪਸ ਲਾਹੌਰ 'ਚ ਜਾ ਰਹੇ ਹਾਂ ਪੁਲ ਪੁਰਾਣਾ ਹੈ ਤੇ ਜਦੋਂ ਵੱਡੀ ਗੱਡੀ ਕੋ ਗੁਜ਼ਰਦੀ ਹੈ ਤਾਂ ਪਤਾ ਲੱਗਦਾ ਵੀ ਪੁਲ ਜਿਵੇਂ ਨਾ ਹਿੱਲਣ ਡਿਆ ਹੋਵੇ ਲੇਕਿਨ ਉਮੀਦ ਹੈ ਕਿ ਸਟਰਕਚਰ ਮਜ਼ਬੂਤ ਹੈ ਖੜਾ ਰਹੇਗਾ ਇਹ ਤੇ ਵੈਸੇ ਵੀ ਬਹੁਤ ਹੈਵੀ ਟ੍ਰੈਫਿਕ ਦੀ ਇਜਾਜ਼ਤ ਨਹੀਂ ਹੈ ਇਹ ਤਾਂ ਪਿੱਛੇ ਤੁਸੀਂ ਵੇਖਿਆ ਹੋਵੇਗਾ ਕਿ ਉਹਨਾਂ ਨੇ ਆਮ ਟਾਪ ਬਾਰ ਲਗਾ ਕੇ ਤੇ ਹੈਵੀ ਟ੍ਰੈਫਿਕ ਦੀ ਹੱਦ ਮੁਕਰਰ ਕੀਤੀ ਸਿਰਫ ਛੋਟੀਆਂ ਗੱਡੀਆਂ ਹੀ ਤਾਂ ਗੁਜ਼ਰਦੀਆਂ ਨੇ